ਬਾਪੀ ਪੇਟੀ ਚਾਹ ਕੇ ਤਾਂ ਪਾਣੀ ਯਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਸ ਟਾਈਮ ਅਸੀਂ ਖਾਲਸਾ ਏਡ ਤੇ ਵਿਸ਼ਰਾਮ ਘਰ ਦੇ ਵਿੱਚ ਖੜੇ ਹਾਂ ਔਰ ਅੱਜ 26 ਤਰੀਕ ਹੈ ਐਂਡ ਸਿੰਘੂ ਬਾਰਡਰ ਦੇ ਉੱਤੇ ਜਿਹੜਾ ਖਾਲਸਾ ਏਡ ਦੇ ਵੱਲੋਂ ਪਿਛਲੇ ਕਾਫੀ ਦਿਨਾਂ ਤੋਂ ਜਿਹੜਾ ਵਿਸ਼ਰਾਮ ਘਰ ਹੈ ਸੰਗਤਾਂ ਦੇ ਠਹਿਰਣ ਦੇ ਲਈ ਤਿਆਰ ਕੀਤਾ ਗਿਆ ਸੀ ਸੋ ਉਸ ਨੂੰ ਵਧਾ ਕੇ ਜਿਹੜੇ ਪਹਿਲਾਂ 400 ਬੈੱਡ ਸੀ 200 ਬੈੱਡ ਹੋਰ ਵਧਾਏ ਗਏ ਉਸਨੂੰ ਐਕਸਟੈਂਡ ਕੀਤਾ ਗਿਆ ਜਿਵੇਂ ਤੁਹਾਨੂੰ ਸਾਰਿਆਂ ਨੂੰ ਅਪਡੇਟ ਦਿੱਤਾ ਸੀਗਾ ਸੋ ਅੱਜ ਵੀਕਐਂਡ ਹੋਣ ਕਰਕੇ ਪਹਿਲਾਂ ਵੀ ਸਾਰਾ ਕੁਛ ਜਿਹੜਾ ਸ਼ੈਲਟਰ ਹੈ ਡੇ ਹਰ ਦਿਨ ਇਹ ਫੁੱਲ ਕਪੈਸਿਟੀ ਦੇ ਵਿੱਚ ਸੰਗਤਾਂ ਦੇ ਵਿਸ਼ਰਾਮ ਦੇ ਲਈ ਫੁੱਲ ਹੋ ਰਿਹਾ ਸੋ ਅੱਜ ਵੀ ਅਸੀਂ ਇੱਥੇ ਬਾਇਓਡਾਟਾ ਚੜ੍ਹਦਾ ਇੱਥੇ ਮੁੰਡੇ ਦੋ ਬੈਠੇ ਸੇਵਾਦਾਰ ਜਿਹੜੇ ਮੈਨੇਜ ਕਰ ਰਹੇ ਨੇ ਲਾਈਨਾਂ ਜਿਹੜੀਆਂ ਉਹ ਦੇ ਲਈ ਜਿਹੜੀਆਂ ਲਾਈਨਾਂ ਲੱਗੀਆਂ ਨੇ ਇਸ ਪਾਸੇ ਤੁਸੀਂ ਦੇਖ ਸਕਦੇ ਹੋ ਕਿ ਆਹ ਸਾਰੀਆਂ ਬੀਬੀਆਂ ਦੀਆਂ ਲਾਈਨਾਂ ਨੇ ਭੈਣਾਂ ਦੀਆਂ ਲਾਈਨਾਂ ਨੇ ਸੋ ਮਗਰ ਤੱਕ ਪਿੱਛੇ ਤੁਸੀਂ ਦੇਖ ਸਕਦੇ ਹੋ ਕਿ ਬਹੁਤ ਲੰਬੀਆਂ ਜਿਹੜੀਆਂ ਲਾਈਨਾਂ ਉਹ ਲੱਗੀਆਂ ਹੋਈਆਂ ਐਂਡ ਦੂਜੀ ਇਸ ਦੀ ਓਪੋਜ਼ਿਟ ਸਾਈਡ ਦੇ ਉੱਤੇ ਜਿਹੜੀਆਂ ਭੈਣਾਂ ਦੀਆਂ ਇਹ ਲਾਈਨਾਂ ਲੱਗੀਆਂ ਕੋਈ ਕਿੱਥੋਂ ਦੀ ਆਇਆ ਕੋਈ ਕਿੱਥੋਂ ਦੀ ਸੋ ਇਸ ਦੀ ਓਪੋਜ਼ਿਟ ਸਾਈਡ ਦੇ ਉੱਤੇ ਸਾਡੇ ਕੋਲ ਜਿਹੜੇ ਭਾਈਆਂ ਦੀ ਲਾਈਨ ਹੈ ਜਿਹੜੀ ਉਹ ਲੱਗੀ ਹੈ ਓਪੋਜ਼ਿਟ ਸਾਈਡ ਦੇ ਉੱਤੇ ਵਲੰਟੀਅਰ ਸਾਰੇ ਇਸ ਟਾਈਮ ਜਿਹੜੇ ਉਹ ਮੈਨੇਜ ਕਰ ਰਹੇ ਨੇ ਦੇਖ ਸਕਦੇ ਕਿ ਆਹ ਵਿਸ਼ਰਾਮ ਘਰ ਆ ਇਸਦੇ ਬਾਹਰ ਖੜ੍ਹ ਕੇ ਅਸੀਂ ਤੁਹਾਨੂੰ ਅਪਡੇਟ ਹੈ ਜਿਹੜਾ ਦੇ ਰਹੇ ਹਾਂ ਸੋ ਵਿਸ਼ਰਾਮ ਘਰ ਦੇ ਨਾਲ ਨਾਲ ਜਿਹੜੀਆਂ ਲਾਈਨਾਂ ਨੇ ਉਹ ਲੱਗੀਆਂ ਹੋਈਆਂ ਸਾਰੇ ਵੇਟ ਕਰ ਰਹੇ ਨੇ ਆਪਣੀ ਰਜਿਸਟ੍ਰੇਸ਼ਨ ਦੇ ਟਾਈਮ ਦਾ ਸੋ ਸੰਗਤਾਂ ਦੇ ਸਹਿਯੋਗ ਦੇ ਨਾਲ ਜਿਹੜੇ ਕਾਰਜ ਨੇ ਉਹ ਸਾਰੇ ਚੱਲ ਰਹੇ ਨੇ 600 ਦੀ ਕਪੈਸਿਟੀ ਜਿਹੜੀ ਇਸ ਸ਼ੈਲਟਰ ਹੋਮ ਦੀ ਹੈ ਇਸ ਵਿਸ਼ਰਾਮ ਘਰ ਦੀ ਉਹ ਪੂਰੀ ਡੇ ਬਾਈ ਡੇ ਹਮੇਸ਼ਾ ਇਹ ਰਾਤ ਦੇ 9-10 ਵਜੇ ਤੱਕ ਫੁੱਲ ਹੋ ਜਾਂਦੀ ਹੈ ਸੋ ਸਾਰੀ ਸੰਗਤ ਦਾ ਸਾਰੇ ਹੀ ਜਿਹੜੇ ਸਪੋਰਟ ਕਰ ਰਹੇ ਨੇ ਖਾਲਸਾ ਏਡ ਨੂੰ ਇੰਨਾ ਪਿਆਰ ਅਸੀਸਾਂ ਤੁਸੀਂ ਦੇ ਰਹੇ ਹੋ ਤੁਹਾਡੇ ਸਹਿਯੋਗ ਦੇ ਸਦਕਾ ਇਹ ਸਾਰੇ ਕਾਰਜ ਬਹੁਤ ਚੜ੍ਹਦੀ ਕਲਾ ਦੇ ਵਿੱਚ ਜਾ ਰਹੇ ਨੇ ਨਾਲ ਹੀ ਸਾਡੇ ਜਿਹੜੇ ਵਾਸ਼ਰੂਮਸ ਨੇ ਬਾਥਰੂਮਸ ਨੇ ਨਹਾਉਣ ਦੇ ਲਈ ਵਾਸ਼ਰੂਮ ਦੇ ਲਈ ਸਾਰਾ ਜਿਹੜਾ ਪ੍ਰਬੰਧ ਹੈ ਉਹ ਇਸੇ ਸ਼ੈਲਟਰ ਦੇ ਨਾਲ ਕੀਤਾ ਗਿਆ ਸੋ ਇਹ ਗਰਮ ਪਾਣੀ ਦੇ ਲਈ ਜਿਹੜੇ ਇੰਤਜ਼ਾਮ ਕੀਤੇ ਗਏ ਨੇ ਸੋ ਇਸੇ ਤਰ੍ਹਾਂ ਇੱਕ ਨਵਾਂ ਪ੍ਰੋਜੈਕਟ ਜਿਹੜਾ ਤੁਹਾਨੂੰ ਅਪਡੇਟ ਦਿੱਤਾ ਸੀ ਕਿਸਾਨ ਮੌਲ ਦਾ ਉਹ ਵੀ ਜਿਹੜਾ ਬਹੁਤ ਸਾਰੇ ਜਿਹੜੇ ਸੰਗਤ ਜਿਹੜੀ ਦੂਰ ਦੁਰਾਡੇ ਤੋਂ ਅੱਜ ਪਹੁੰਚੀ ਆ ਸੋ ਉਹਨਾਂ ਦੀ ਰਜਿਸਟ੍ਰੇਸ਼ਨ ਦੇ ਲਈ ਅਸੀਂ ਸ਼ੈਲਟਰ ਹੋਮ ਦੇ ਬਾਹਰ ਖੜ੍ਹੇ ਸੋ ਇਹ ਸੰਗਤ ਜੀ ਸਾਰੀ ਲਾਈਨ ਤੁਸੀਂ ਵੇਖੀ ਇਹ ਸਾਰੇ ਇਸ ਟਾਈਮ ਰਜਿਸਟ੍ਰੇਸ਼ਨ ਦਾ ਜਿਹੜਾ ਇੰਤਜ਼ਾਰ ਆ ਉਹ ਹੋ ਰਿਹਾ ਅੱਗੇ ਵਲੰਟੀਅਰਸ ਬੈਠ ਕੇ ਡਿਟੇਲਸ ਜਿਹੜੀ ਫਿਲ ਆਊਟ ਕਰ ਰਹੇ ਨੇ ਔਰ ਖਾਸ ਤੌਰ 'ਤੇ ਜਿਹੜੀਆਂ ਡਿਟੇਲਸ ਨੇ ਉਹ ਹਰ ਇੱਕ ਦੀਆਂ ਸਾਰਿਆਂ ਨੂੰ ਨਾਲ ਨਾਲ ਇੰਸਟਰਕਸ਼ਨ ਦਿੱਤੀਆਂ ਜਾ ਰਹੀਆਂ ਨੇ ਕਿ ਆਪਣੀ ਆਈ ਡੀ ਹੈ ਜਿਹੜੀ ਉਹ ਬਾਹਰ ਕੱਢ ਲੈਣ ਤਾਂ ਜੋ ਅੱਗੇ ਜਾ ਕੇ ਜਿਵੇਂ ਤੁਹਾਨੂੰ ਦਿਖਾਉਂਦੇ ਹਾਂ ਵੀ ਕਿਵੇਂ ਇਸ ਦਾ ਜਿਹੜਾ ਪ੍ਰੋਸੈਸ ਹੈ ਉਹ ਹੁੰਦਾ ਵੀ ਟਾਈਮ ਨਾ ਵੇਸਟ ਹੋਵੇ ਕਿਸੇ ਦਾ ਸੋ ਫਿਰ ਇੰਨੀ ਦੇਰ ਦਾ ਹੀ ਉੱਥੇ ਲਾ ਦਿੰਦੇ ਸੀ ਬੰਦੇ ਆ ਜਾਣ ਦੋ ਆਪਣੇ ਉੱਤੇ
सारे वीरवार रजिस्ट्रेशन का प्रोसैस है जोड़ा वो कर रहे हैं बिकॉज सारिया डिटेल्स लैके उस तो बाद रजिस्ट्रेशन जी हो रही है शाम तकरीबन साढ़े पांच बजे यह जी रजिस्ट्रेशन है वो शुरू कर दी जाती है संगत के लिए सो उस तो बाद संगत को कूपन इशू करके उन्होंने सारे ही कंबल तो उन्होंने गद्दे बिछे हुए हैं सो अपना जोड़ा रहने ली बैड जो अलॉट किया जाता उ जाके अपना रेस्ट कर सकते हो सर देख सकते हो कि पहला साढ़ा जोड़ा जोड़ा सी 400 का शेल्टर बैड का सो उसमें 600 का कर दिता गया तो शेल्टर सारी संगत के सहयोग के ना जो कार्य है जो चल रहा मैं सारी संगत का तय दिलों धन्यवाद करना चाहता वाहेगुरू जी का खालसा वाहेगुरू जी की फतह ਕਦਾਈ ਇੱਕੋ ਇੱਕੋ ਬੰਦੇ ਦਾ ਕਰਾਉਣਾ ਨਹੀਂ ਨਹੀਂ ਪਤਾ ਕਿ ਚਾਰ ਜਣੇ ਦਾ ਚਾਹੀਦਾ।